ਹਾਂਜੀ ਅੱਜ ਦੀ ਵੀਡੀਓ ਮੈਨੀਟੋਬਾ ਹੈਲਥ ਕਾਰਡ ਦੇ ਉੱਪਰ ਆ ਕਿ ਤੁਸੀਂ ਮੈਨੀਟੋਬਾ ਹੈਲਥ ਕਾਰਡ ਅਪਲਾਈ ਕਿਵੇਂ ਕਰਨਾ ਜੇਕਰ ਤੁਸੀਂ ਵਰਕ ਪਰਮਿਟ ਧੇ ਹੋ ਜਾਂ ਨਿਊ ਇਮੀਗ੍ਰੈਂਟ ਹੋ ਮੈਨੀਟੋਬਾ ਦੇ ਵਿੱਚ ਤਾਂ ਤੁਸੀਂ ਹੈਲਥ ਕਾਰਡ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਤਿੰਨ ਆਪਸ਼ਨਸ ਨੇ ਸਭ ਤੋਂ ਪਹਿਲੀ ਹੈਗੀ ਕਿ ਤੁਸੀਂ ਇਨ ਪਰਸਨ ਜਾ ਕੇ ਕਰ ਸਕਦੇ ਹੋ ਸੈਕਿੰਡ ਆਪਸ਼ਨ ਹੈਗੀ ਆ ਤੁਸੀਂ ਬਾਏ ਮੇਲ ਜਾਨੀ ਕਿ ਕੈਨੇਡਾ ਪੋਸਟ ਤੇ ਥਰੂ ਪੇਪਰਸ ਭੇਜ ਦਿਓ ਜਾਂ ਥਰਡ ਆਪਸ਼ਨ ਹੈਗੀ ਆ ਈਮੇਲ ਕਿ ਤੁਸੀਂ ਉਹਨਾਂ ਨੂੰ ਬਾਏ ਈਮੇਲ ਆਪਣੇ ਡਾਕੂਮੈਂਟਸ ਸੈਂਡ ਕਰ ਸਕਦੇ ਆ ਹਾਂਜੀ ਐਪਲੀਕੇਸ਼ਨ ਫਾਰਮ ਫਿਲ ਕਰਨ ਦੇ ਲਈ ਤੁਸੀਂ ਕਿਸ ਕਿਸੇ ਵੀ ਬ੍ਰਾਊਜ਼ਰ ਦੇ ਵਿੱਚ ਜਦੋਂ ਤੁਸੀਂ Google ਦੇ ਉੱਪਰ ਲੈਟ ਸੇ ਆਪਾਂ ਮੈਨੀਟੋਬਾ ਹੈਲਥ케ਅਰ ਕਾਰਡ ਭਰਿਆ ਤਾਂ ਤੁਹਾਡੇ ਕੋਲੇ ਫਰਸਟ ਲਿੰਕ ਸ਼ੋ ਹੁੰਦਾ ਜਿਹੜਾ ਉਹ ਹੈਗਾ www.gov.mb.ca ਦੇ ਉੱਪਰ ਕਿ ਤੁਸੀਂ ਹੈਲਥ ਕਾਰਡ ਕਿੱਦਾਂ ਅਪਲਾਈ ਕਰਨਾ ਜਦੋਂ ਤੁਸੀਂ ਉਹ ਓਪਨ ਕਰੋਗੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਉਸ ਪੇਜ ਦੇ ਉੱਪਰ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਆ ਹੈਲਥ ਕਾਰਡ ਦੇ ਉੱਪਰ इवन ਕਿ ਸੈਂਪਲ ਵੀ ਦਿੱਤਾ ਵੀ ਕਿਦਾਂ ਦਾ ਹੈਲਥ ਕਾਰਡ ਹੁੰਦਾ ਤਾਂ ਇਸ ਦੇ ਉੱਪਰ نیچے ਤੁਸੀਂ ਜਾ ਕੇ ਦੇਖੋਗੇ ਇਹਨਾਂ ਨੇ ਐਡਰੈਸ ਵੀ ਦਿੱਤਾ ਹੋਇਆ ਈਮੇਲ ਆਈਡੀ ਵੀ ਦਿੱਤੀ ਹੋਈ ਆ ਫੋਨ ਨੰਬਰ ਸਾਰੀ ਇਨਫੋਰਮੇਸ਼ਨ ਆ ਤੇ ਇੱਥੇ ਤੁਹਾਡੇ ਕੋਲੇ ਦੋ ਲਿੰਕ ਹੋਣਗੇ ਪਹਿਲਾ ਲਿੰਕ ਹੈਗਾ ਕਿ ਰਜਿਸਟਰ ਕਿੱਦਾਂ ਕਰਨਾ ਤੇ ਸੈਕਿੰਡ ਹੈਗਾ ਕਿ ਅਪਡੇਟ ਕਿੱਦਾਂ ਕਰਨਾ ਤੁਸੀਂ ਹੈਲਥ ਕਾਰਡ ਨੂੰ ਤਾਂ ਜਦੋਂ ਤੁਸੀਂ ਹਾਊ ਟੂ ਰਜਿਸਟਰ ਹੈਲਥ ਕਾਰਡ ਉਹਦੇ ਤੇ ਕਲਿੱਕ ਕਰੋਗੇ ਤਾਂ ਇੱਕ ਵੈਬ ਫਾਰਮ ਓਪਨ ਹੋ ਜਾਂਦਾ ਇਸ ਵੈਬ ਫਾਰਮ ਨੂੰ ਤੁਸੀਂ ਇੱਥੇ ਹੀ ਫਿਲ ਕਰ ਸਕਦੇ ਆ ਸਾਰੀ ਤੁਹਾਡੀ ਇਨਫਰਮੇਸ਼ਨ ਹੋਗੀ ਤੁਹਾਡਾ ਐਡਰੈਸ ਹੋ ਗਿਆ ਤੁਸੀਂ ਮੈਨੀਟੋਬਾ ਦੇ ਵਿੱਚ ਕਦੋਂ ਮੂਵ ਹੋਏ ਸੀ ਅਗਰ ਤੁਸੀਂ ਦੂਸਰੀ ਪ੍ਰੋਵਿੰਸ ਤੋਂ ਹੋਏ ਆ ਉਹਦੇ ਬਾਰੇ ਸਾਰੀ ਇਨਫਰਮੇਸ਼ਨ ਐਕਚੁਅਲੀ ਵਿੱਚ ਇਹ ਫਾਰਮ ਹੈਗਾ ਕਿ ਜੇਕਰ ਤੁਸੀਂ ਇੱਥੇ ਨਿਊ ਇਮੀਗ੍ਰੈਂਟਾਂ ਜਾਂ ਤੁਸੀਂ ਇੱਥੇ ਕਿਸੇ ਹੋਰ ਪ੍ਰੋਵੈਂਸ ਤੋਂ ਮੂਵ ਹੋਏ ਆ ਤਾਂ ਉਹਨਾਂ ਦੇ ਲਈ ਇਹ ਫਾਰਮ ਤਾਂ ਤੁਸੀਂ ਸਾਰੇ ਫਾਰਮ ਨੂੰ ਫਿਲ ਕਰਕੇ ਉਸ ਤੋਂ ਬਾਅਦ ਵਿੱਚ ਪ੍ਰਿੰਟ ਤੇ ਕਲਿੱਕ ਕਰੋਗੇ ਤਾਂ ਤੁਹਾਡਾ ਫਾਰਮ ਆ ਜਿਹੜਾ ਪੂਰਾ ਪ੍ਰਿੰਟ ਹੋ ਜਾਏਗਾ ਜਾਂ ਤੁਸੀਂ ਇਹਨੂੰ ਸੇਵ ਕਰਕੇ ਪ੍ਰਿੰਟ ਕਰ ਸਕਦੇ ਹੋ ਨਿਊ ਰਜਿਸਟ੍ਰੇਸ਼ਨ ਦੇ ਲਈ ਤੁਸੀਂ ਫਾਰਮ ਨੂੰ ਡਾਊਨਲੋਡ ਕਰਕੇ ਫਿਲ ਕਰਕੇ ਉਹ ਫਾਰਮ ਨੂੰ ਵੀ ਯੂਜ਼ ਕਰ ਸਕਦੇ ਹੋ ਲੇਟਰ ਔਨ ਆਈਗਾ ਵੀਡੀਓ ਦੇ ਵਿੱਚ ਕਿ ਤੁਸੀਂ ਉਸ ਨੂੰ ਕਿੱਦਾਂ ਯੂਜ਼ ਕਰਨਾ ਉਸ ਤੋਂ ਬਾਅਦ ਆਪਾਂ ਬੈਕ ਆ ਗਏ ਤਾਂ ਇੱਥੇ ਇੱਕ ਲਿੰਕ ਆ ਹੈਲਥ ਕੇਅਰ ਕਵਰੇਜ ਜਦੋਂ ਇਹਦੇ ਤੇ ਕਲਿੱਕ ਕਰੋਗੇ ਇੱਥੇ ਸਾਰੀ ਇਨਫਰਮੇਸ਼ਨ ਦਿੱਤੀ ਹੋਈ ਹੈ ਨਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਕਵਰ ਹੁੰਦੀਆਂ ਨੇ ਚਾ ਕੌਣ-ਕੌਣ एलिਜੀਬਲ ਆ ਜਿੱਦਾਂ ਤੁਸੀਂ ਇੱਥੇ ਦੇਖ ਸਕਦੇ ਹੋ ਇਹਨਾਂ ਨੇ ਲਿਖਿਆ ਕਿ ਪਰਮਨੈਂਟ ਰੈਜ਼ਿਡੈਂਸ ਆ ਉਹ एलिਜੀਬਲ ਆ ਤੇ ਸਟੱਡੀ ਪਰਮਿਟ ਤੇ ਲਿਖਿਆ ਹੋਇਆ ਕਿ 1 ਸਪਟੰਬਰ 2018 ਤੋਂ ਬਾਅਦ ਸਟੂਡੈਂਟਸ ਨੂੰ ਇਹਨਾਂ ਨੇ ਹੈਲਥ ਕਾਰਡ ਦੇਣਾ ਬੰਦ ਕਰ ਦਿੱਤਾ ਸੀ ਤੇ ਵਿਜ਼ਟਰ ਵੀ ਨਹੀਂ एलिਜੀਬਲ ਹੈਗੇ ਹੈਲਥ ਕਾਰਡ ਦੇ ਲਈ ਮੈਨੀਟੋਬਾ ਦੇ ਤੇ ਜੇਕਰ ਤੁਹਾਡੇ ਕੋਲੇ ਤੁਸੀਂ ਵਰਕ ਪਰਮਿਟ ਦਿਓ ਤਾਂ ਉਹਨਾਂ ਨੇ ਤੁਹਾਨੂੰ ਦੱਸਿਆ ਹੋਇਆ ਕਿ ਤੁਹਾਨੂੰ ਹੈਲਥ ਕਾਰਡ ਅਪਲਾਈ ਕਰਨ ਦੇ ਲਈ ਕਿਹੜੇ-ਕਿਹੜੇ ਡਾਕੂਮੈਂਟਸ ਚਾਹੀਦੇ ਨੇ ਸਭ ਤੋਂ ਪਹਿਲਾਂ ਜਿਵੇਂ ਤੁਹਾਡੇ ਕੋਲੇ ਤੁਹਾਡਾ ਵਰਕ ਪਰਮਿਟ ਹੋਏਗਾ ਇਸ ਤੋਂ ਬਾਅਦ ਤੁਹਾਡੇ ਕੋਲ ਦੋ ਜਿਹੜੇ ਹੈਗੇ ਮੈਨੀਟੋਬਾ ਰੈਜ਼ਿਡੈਂਸ ਦੇ ਪ੍ਰੂਫ ਹੋਣੇ ਚਾਹੀਦੇ ਆ ਲਿਸਟ ਦਿੱਤੀ ਹੋਈ ਆ ਵੀ ਇਹਨਾਂ ਚੋਂ ਕੋਈ ਵੀ ਦੋ ਹੋ ਸਕਦੇ ਆ ਹਾਂਜੀ ਇਸ ਪੇਜ ਦੇ ਉੱਪਰ نیچے ਇੱਕ ਲਿੰਕ ਦਿੱਤਾ ਹੋਇਆ ਰਜਿਸਟ੍ਰੇਸ਼ਨ ਫਾਰਮਸ ਮੇਬੀ ਅਬਟੇਨਡ ਹੇਅਰ ਤਾਂ ਜਦੋਂ ਤੁਸੀਂ ਇਹ ਲਿੰਕ ਓਪਨ ਕਰੋਗੇ ਤਾਂ ਤੁਹਾਡੇ ਕੋਲ ਇੱਥੇ ਸਾਰੇ ਫਾਰਮਸ ਆ ਜਾਣੇ ਈ ਰਜਿਸਟ੍ਰੇਸ਼ਨ ਫਾਰਮ ਜਿਹੜਾ ਆਪਾਂ ਪਹਿਲਾਂ ਫਾਰਮ ਦੇਖਿਆ ਸੀ ਕਿ ਕਿੱਦਾਂ ਤੁਸੀਂ ਆਨਲਾਈਨ ਫਿਲ ਕਰ ਸਕਦੇ ਹੋ ਉਹ ਇਹਨਾਂ ਨੇ ਦੱਸਿਆ ਵੀ ਹੋਇਆ ਕਿ ਕਿਹੜੇ ਲੋਕ ਆ ਇਸ ਫਾਰਮ ਨੂੰ ਯੂਜ਼ ਕਰ ਸਕਦੇ ਆ ਠੀਕ ਹੈ ਉਹ ਸਾਰੀ ਇਨਫਰਮੇਸ਼ਨ ਦਿੱਤੀ ਹੋਈ ਆ ਤੇ ਦੂਸਰਾ ਹੈਗਾ ਕਿ ਈ ਨੋਟਿਸ ਆਫ ਚੇਂਜ ਫਾਰਮ ਚੇਕ ਕਰੋ ਤੁਹਾਡੀ ਫੈਮਲੀ ਦੇ ਵਿੱਚ ਜਾਂ ਕੋਈ ਐਡਰੈਸ ਦੇ ਚੇਂਜ ਜਾਂ ਕੁਛ ਵੀ ਕੋ ਉਹਨਾਂ ਨੂੰ ਲੱਗਦਾ ਤੁਹਾਨੂੰ ਦੱਸਣਾ ਚਾਹੀਦਾ ਤਾਂ ਉਹ ਚੇਂਜ ਤੇ ਲਈ ਤੁਹਾਨੂੰ ਇਹ ਫਾਰਮ ਯੂਜ਼ ਕਰਨਾ ਪੈਣਾ ਤੁਸੀਂ ਇਸ ਫਾਰਮ ਨੂੰ ਵੀ ਆਨਲਾਈਨ ਫਿਲ ਕਰ ਸਕਦੇ ਹੋ ਤਾਂ ਇਸ ਤੋਂ ਬਾਅਦ ਤੁਹਾਡੇ ਕੋਲੇ ਹੈਗੇ ਨੇ نیچے ਦਿੱਤੇ ਹੋਏ ਹਾਂਜੀ ਇੱਥੇ ਫਾਰਮਸ ਨੂੰ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਮੈਨੂ ਲਈ ਉਹਨਾਂ ਨੂੰ ਫਿਲ ਕਰਕੇ ਉਸ ਤੋਂ ਬਾਅਦ ਸਕੈਨ ਕਰਕੇ ਈਮੇਲ ਨਾਲ ਅਟੈਚ ਕਰ ਸਕਦੇ ਹੋ ਤੇ ਜੇਕਰ ਤੁਸੀਂ ਨਿਊ ਰਜਿਸਟ੍ਰੇਸ਼ਨ ਕਰਵਾਉਣੀ ਹੈਲਥ ਕਾਰਡ ਦੇ ਲਈ ਉਹਦੇ ਲਈ ਇਹ ਫਾਰਮ ਆ ਇਹਨੂੰ ਤੁਸੀਂ ਡਾਊਨਲੋਡ ਕਰ ਲੈਣਾ ਉਸ ਤੋਂ ਬਾਅਦ ਫਿਲ ਕਰੋ ਸਕੈਨ ਕਰੋ ਤੇ ਆਪਣੇ ਡਾਕੂਮੈਂਟਸ ਦੇ ਨਾਲ ਜਿਹੜੀ ਇਹਨਾਂ ਨੇ ਈਮੇਲ ਦਿੱਤੀ ਹੋਈ ਆ ਉਸ ਈਮੇਲ ਦੇ ਉੱਪਰ ਸੈਂਡ ਕਰੋ ਤਾਂ ਸਾਰੀ ਇਨਫੋਰਮੇਸ਼ਨ ਇੱਥੇ ਲਿਖਿਆ ਹੋਇਆ ਕਿ ਤੁਹਾਡਾ ਨੇਮ ਵਗੈਰਾ ਹੋ ਗਿਆ ਐਡਰੈਸ ਹੋ ਗਿਆ ਤੁਸੀਂ ਮੈਨੀਟੋਬਾ ਦੇ ਵਿੱਚ ਕਦੋਂ ਮੂਵ ਹੋਏ ਸੀ ਉਹ ਸਾਰੀ ਇਨਫੋਰਮੇਸ਼ਨ ਤੁਸੀਂ ਇੱਥੇ ਫਿਲ ਕਰਨੀ ਆ ਹਾਂਜੀ ਤੁਸੀਂ ਆਪਣੇ ਡਾਕੂਮੈਂਟਸ ਬਾਈ ਮੇਲ ਜਾਨ ਕਿ ਕੈਨੇਡਾ ਪੋਸਟ ਤੇ ਰਾਈ ਇਸ ਐਡਰੈਸ ਤੇ ਉੱਪਰ ਸੈਂਡ ਕਰ ਸਕਦੇ ਆ ਇਸ ਤੋਂ ਇਲਾਵਾ ਇਹਨਾਂ ਨੇ ਈਮੇਲ ਮੈਂਸ਼ਨ ਕੀਤੀ ਹੋਈ ਹੈ ਵੈਬਸਾਈਟ ਦੇ ਉੱਪਰ ਜਿਸ ਤੇ ਉੱਪਰ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਨੂੰ ਸੈਂਡ ਕਰੋਗੇ ਅਲੋਂਗ ਵਿਦ ਦਾ ਐਪਲੀਕੇਸ਼ਨ ਇਸ ਤੋਂ ਬਾਅਦ ਤੁਹਾਨੂੰ ਇੱਕ ਕਨਫਰਮੇਸ਼ਨ ਈਮੇਲ ਆਊਗੀ ਤੇ ਤੁਹਾਡਾ ਹੈਲਥ ਕਾਰਡ ਆ ਜਿਹੜਾ ਉਹ ਰੈਗੂਲਰ ਮੇਲ ਬਾਕਸ ਦੇ ਵਿੱਚ ਆਊਗਾ ਨਾਊ ਡੇਸ ਟਾਈਮ ਕਾਫੀ ਲੱਗ ਰਿਹਾ ਹੈਲਥ ਕਾਰਡ ਨੂੰ ਆਉਣ ਦੇ ਲਈ ਅਰਾਊਂਡ ਮੋਰ ਦੈਨ 1 ਐਂਡ ਹਾਫ ਮੰਥ ਜੇਕਰ ਹੋਰ ਤੁਹਾਨੂੰ ਹੈਲਥ ਕਾਰਡ ਦੇ ਰਿਲੇਟਡ ਕੋਈ ਵੀ ਕੁਐਸਚਨ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਥੈਂਕ ਯੂ ਫॉर ਵਾਚਿੰਗ